हाँ जी, स्वागत है थोड़ा साडी अज दी इस वीडियो दे विच। अज असी गल करन जा रहे हां दुनिया दे पंज सब तो महंगे शूज़ बारे। इन्हां नूं लैणा हर किसी दे वस दी गल नहीं, अमीर बंदा भी इन्हां नूं लैण लग्गिआ घट्टो घट्ट 1000 वार सोचदा है। ये जो तुसीं स्क्रीन ते मॉडल देख रहे हो नाइक एयर मैग है। इहनूं कंपनी ने साल 2011 दे विच लॉन्च कीता सी ते इहदे सिर्फ 99 पेयर ही बनाए गए सन ते कंपनी ने इहदा प्राइस 25 लाख रुपया रखिआ सी। इस बूट का कंसैप्ट कंपनी नूं साल 1979 दे विच इक हॉलीवुड मूवी आई सी बैक टू द फ्यूचर उहनूं वेख के आया सी। पर कंपनी नूं इस शू नूं लॉन्च करन दे विच 25 साल लग गए सन क्योंकि इहदे फीते आपदे आप टाइट हो ਜਾਂਦੇ ਹਨ। ਅਤੇ ਹੁਣ ਅਸੀਂ ਨੰਬਰ 2 'ਤੇ ਗੱਲ ਕਰਨ ਜਾ ਰਹੇ ਹਾਂ ਜੀ ਰੈੱਡ ਅਕਤੂਬਰ ਸ਼ੂਜ਼ ਬਾਰੇ। ਇਹਨੂੰ ਕੰਪਨੀ ਨੇ ਸਾਲ 2014 ਵਿੱਚ ਲਾਂਚ ਕੀਤਾ ਸੀ ਅਤੇ ਇਹਨੂੰ ਇੱਕ ਬੋਲੀ ਦੇ ਉੱਤੇ 1 ਅਰਬ ਤੇ 20 ਕਰੋੜ ਰੁਪਏ ਦੇ ਵਿੱਚ ਵੇਚਿਆ ਗਿਆ ਸੀ। ਅਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਨੰਬਰ 3 'ਤੇ ਕ੍ਰਿਸਟੀਨੋ ਰੋਨਾਲਡੋ ਸ਼ੂਜ਼ ਬਾਰੇ। ਜਿਵੇਂ ਕਿ ਤੁਸੀਂ ਜਾਣਦੇ ਹੋ ਰੋਨਾਲਡੋ ਇੱਕ ਬਹੁਤ ਹੀ ਮਸ਼ਹੂਰ ਫੁੱਟਬਾਲਰ ਨੇ ਅਤੇ ਉਹ ਅਕਸਰ ਹੀ ਆਪਣੇ ਸ਼ੂਜ਼ ਨੂੰ ਨਿਲਾਮੀ ਉੱਤੇ ਵੇਚਦੇ ਨੇ ਅਤੇ ਉਹਨਾਂ ਦੇ ਸ਼ੂਜ਼ ਨੂੰ ਅਕਸਰ ਗੋਲਡ ਦੇ ਨਾਲ ਕੋਟ ਕੀਤਾ ਜਾਂਦਾ ਹੈ ਅਤੇ ਨਿਲਾਮੀ ਦੇ ਵਿੱਚ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਨੇ ਉਹ ਇਹਨਾਂ ਨੂੰ ਅਨਾਥ ਬੱਚਿਆਂ ਦੀ ਸਹਾਇਤਾ ਦੇ ਵਿੱਚ ਦੇ ਦਿੰਦੇ ਨੇ ਜਾਂ ਫਿਰ ਬਜ਼ੁਰਗਾਂ ਦੀ ਸਹਾਇਤਾ ਦੇ ਲਈ ਦੇ ਦਿੰਦੇ ਨੇ। ਕ੍ਰਿਸਟੀਨੋ ਰੋਨਾਲਡੋ ਦੇ ਸ਼ੂਜ਼ ਨੂੰ ਅਕਸਰ ਹੀ ਉਹਨਾਂ ਦੇ ਫੈਨ ਲੈਣ ਲਈ ਕਰੋੜਾਂ ਦੀ ਕੀਮਤ ਨੂੰ ਲਗਾ ਦਿੰਦੇ ਨੇ ਅਤੇ ਹੁਣ ਤੁਸੀਂ ਆਪ ਹੀ ਸੋਚ ਲਓ ਜੀ ਇੰਨੇ ਮਹਿੰਗੇ ਸ਼ੂਜ਼ ਲੈਣ ਨਾਲੋਂ ਤਾਂ ਮੈਂ ਇੱਕ ਕਾਰ ਜਾਂ ਗੱਡੀ ਲੈਣੀ ਪਸੰਦ ਕਰੂੰਗਾ ਅਤੇ ਇੰਨੇ ਮਹਿੰਗੇ ਸ਼ੂਜ਼ ਨੂੰ ਤਾਂ ਮੈਂ ਤਜੋਰੀ ਵਿੱਚ ਹੀ ਰੱਖੂੰਗਾ, ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅਤੇ ਕਮੈਂਟਾਂ ਦੇ ਵਿੱਚ ਹੁਣ ਤੁਸੀਂ ਵੀ ਦੱਸੋ ਤੁਹਾਡੇ ਕੋਲ ਸਭ ਤੋਂ ਮਹਿੰਗਾ ਸ਼ੂ ਕਿਸ ਕੰਪਨੀ ਦਾ ਹੈ ਅਤੇ ਕਿੰਨੇ ਰੁਪਏ ਦਾ ਹੈ। ਹਾਂਜੀ, ਹੁਣ ਇਸ ਤੋਂ ਅੱਗੇ ਅਸੀਂ ਗੱਲ ਕਰਨ ਜਾ ਰਹੇ ਨਾਈਕ ਗੋਲਡਨ ਸ਼ੂਜ਼ ਬਾਰੇ। ਅਤੇ ਨਾਈਕ ਗੋਲਡਨ ਸ਼ੂਜ਼ ਵੀ ਲਿਮਿਟਡ ਐਡੀਸ਼ਨ ਨੇ, ਇਹਨਾਂ ਦਾ ਪ੍ਰਾਈਸ 10 ਕਰੋੜ ਰੁਪਈਆ ਹੈ। ਇਹਨਾਂ ਨੂੰ ਵੀ ਇੱਕ ਆਮ ਬੰਦਿਆ ਲੈਣ ਨਹੀਂ ਸਕਦਾ। ਅਤੇ ਹਾਂਜੀ, ਹੁਣ ਲਾਸਟ 'ਤੇ ਗੱਲ ਕਰ ਰਹੇ ਹਾਂ ਜੀ ਫਾਇਰ ਮੰਕੀ ਸ਼ੂਜ਼ ਬਾਰੇ। ਇਹ ਦੇਖਣ ਦੇ ਵਿੱਚ ਸਿੰਪਲ ਨੇ ਪਰ ਇਹਨਾਂ ਦਾ ਪ੍ਰਾਈਸ 10 ਕਰੋੜ ਰੁਪਈਆ ਹੈ। ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ, ਫੋਲੋ ਕਰੋ। ਧੰਨਵਾਦ।